ਚੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਸ਼ੁਰੂਆਤ ਦੇ ਦੌਰ ਦੇ ਵਿੱਚ ਹੀ 18 ਮਾਮਲੇ ਜਿਹੜੇ ਆਹੋ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਜਿਹੜੇ ਆਹੋ ਦਰਜ ਕਰ ਲਿੱਤੇ ਗਏ ਹਨ ਇਹ ਸਾਰੇ ਪਾਬਤੇ ਦੇ ਉੱਤੇ ਇਸ ਵਕਤ ਰਵਨੀਤ ਬਰਾੜ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸਾਨਾਂ ਨੂੰ ਬਰਾੜ ਸਾਹਿਬ ਸ਼ੁਰੂਆਤ ਜਿਹੜੀ ਆ ਹੋ ਚੁੱਕੀ ਹੈ ਤੇ ਪਰਾਲੀ ਨੂੰ ਅੱਗ ਵੀ ਕਿਸਾਨਾਂ ਨੇ ਲਾਉਣੀ ਸ਼ੁਰੂ ਕਰ ਦਿੱਤੀ ਹੈ 18 ਮਾਮਲੇ ਦਰਜ ਹੋ ਗਏ ਨੇ ਹਰ ਵਾਰ ਇਹ ਜਿਆ ਕੀ ਹੁੰਦਾ ਹੈ ਕਿ ਮਾਮਲਾ ਇੱਥੇ ਤੱਕ ਪਹੁੰਚ ਜਾਂਦਾ ਹੈ ਕਿ ਨਾੜ ਨੂੰ ਅੱਗ ਲਾਉਣਾ ਹੀ ਜ਼ਰੂਰੀ ਹੈ ਸੰਭਿ ਦੇਖੋ 2019 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀ ਵੀ ਜਿੰਨਾ ਚਿਰ ਤੁਸੀਂ ਕਿਸਾਨ ਨੂੰ ਕੰਪਨਸੇਟ ਨਹੀਂ ਕਰਦੇ ਉਹਨਾਂ ਨੇ 100 ਰੁਪਿਆ ਪ੍ਰਤੀ ਕੁਇੰਟਲ ਕਿਹਾ ਸੀ ਤਕਰੀਬਨ ਉਹ ਉਹਦਾ 2500 ਰੁਪਿਆ ਪਰ ਏਕੜ ਦਾ ਬਣ ਜਾਂਦਾ ਸੀਗਾ ਪਰ ਅਸੀਂ ਸਾਡੀ ਮੰਗ 5000 ਰੁਪਏ ਦੀ ਹੈ ਤਾਂ ਉਹ ਜਿੰਨਾ ਚਿਰ ਕੰਪਨਸੇਟ ਨਹੀਂ ਕਰਦੇ ਉਹਨਾਂ ਚਿਰ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਇਹਨਾਂ ਨੂੰ ਪਨਿਸ਼ ਨਹੀਂ ਕਰ ਸਕਦੇ ਪਹਿਲੀ ਤਾਂ ਉਹ ਗੱਲ ਗਲਤ ਹੈ ਜੇ ਕੋਈ ਸਰਕਾਰ ਇਹੋ ਜਿਹਾ ਫੈਸਲਾ ਲੈਂਦੀ ਹੈ ਦੂਸਰੀ ਗੱਲ ਹਰ ਵਾਰ ਕਹਿੰਦੇ ਵੀ ਅਸੀਂ ਇੰਨੀਆਂ ਮਸ਼ੀਨਾਂ ਉਪਲਬਧ ਕਰਾਤੀਆਂ ਵੀ ਹੁਣ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਹੀ ਨਹੀਂ ਪਊਗੀ ਪਰ ਫੇਰ ਜੇ ਕਿਸਾਨ ਕੁਛ ਰਹਿਂਦ ਖੁੰਦ ਨੂੰ ਮਾੜੀ ਮੋਟੀ ਜੇ ਰਹਿ ਜਾਂਦੀ ਹੈ ਤਾਂ ਉਹਨੂੰ ਜੇ ਅੱਗ ਲਾਉਂਦਾ ਮਜਬੂਰ ਲਾਉਂਦਾ ਤਾਂ ਜੇ ਉਹਨੂੰ ਅੱਗ ਲਾਉਣੀ ਪੈ ਜਾਂਦੀ ਹੈ ਕਦੇ ਨਾ ਕਦੇ ਉਹਦੇ ਫਿਰ ਪਰਚੇ ਦਰਜ ਹੁੰਦੇ ਆ ਦੂਸਰੇ ਪਾਸੇ ਅਸੀਂ ਕਿਸੇ ਵੀ ਬਿਜ਼ਨਸ ਦੇ ਖਿਲਾਫ ਨਹੀਂ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਹੁਣ ਤੁਸੀਂ ਅੱਗੇ ਦਿਵਾਲੀ ਆਉਣੀ ਹੈ ਕਿੰਨੀ ਹਸ਼ਤ ਬਾਜੀ ਹੋਊਗੀ ਬਾਜ਼ਾਰ ਵੇਖੋ ਕੱਲ ਵੀ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਏ ਆਂ ਵੀ ਕਰਾਲੀ ਦਾ ਬਾਜ਼ਾਰ ਭਰਿਆ ਪਿਆ ਪਟਾਕਿਆਂ ਨਾਲ ਅਨਔਥਰਾਇਜ਼ਡ ਪਟਾਕੇ ਉੱਥੇ ਵੇਚੇ ਜਾ ਰਹੇ ਆ ਉਹਨਾਂ ਤੇ ਕੋਈ ਰੋਕ ਨਹੀਂ ਕਿਸਾਨ ਇੱਕ ਥੋੜੀ ਜਿਹਾ ਜੇ ਵੀ ਲਾਉਂਦਾ ਕਿਸਾਨ ਨੂੰ ਉਹਦੇ ਤੇ ਰੋਕ ਲਈ ਜਾਂਦੀ ਉਹਨੂੰ ਦਬਾਇਆ ਜਾਂਦਾ ਉਹਨੂੰ ਥੱਲੇ ਕੁਚਲਿਆ ਜਾਂਦਾ ਇਸ ਨੂੰ ਪਟਾਕਿਆਂ ਦੇ ਨਾਲ ਕੰਪੇਅਰ ਕੀਤਾ ਜਾ ਸਕਦਾ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਇਸ ਵਕਤ ਨਾੜਾਂ ਨੂੰ ਅੱਗ ਲਗਾਈ ਜਾ ਰਹੀ ਹੈ 2023 ਦੀ ਸੀ ਜੇਕਰ ਗੱਲ ਕਰੀਏ ਤਾਂ ਸ਼ੁਰੂਆਤ ਦੇ ਵਿੱਚ 6 ਮਾਮਲੇ ਦਰਜ ਹੋਏ ਸਨ ਲੇਕਿਨ ਇਸ ਵਾਰ ਜਿਹੜੀ ਆ ਰਫ਼ਤਾਰ ਜਿਹੜੀ ਤਿੱਗਣੀ ਹੁੰਦੀ ਹੀ ਨਜ਼ਰ ਆ ਰਹੀ ਹੈ 18 ਮਾਮਲੇ ਜਿਹੜੇ ਹੁਣ ਤੱਕ ਦਰਜ ਹੋ ਗਏ ਨੇ ਵੇਖੋ ਸੰਬੰਧਿਤ ਜਿੰਨਾ ਚਿਰਾਂ ਪਾਂ ਜਿਹੜੀਆਂ ਆਪਣੀਆਂ ਕੋਆਪਰੇਟਿਵ ਸੁਸਾਇਟੀਆਂ ਹੈ ਉਹਨਾਂ ਨੂੰ ਇੰਨੇ ਸਟਰੋਂਗ ਨਹੀਂ ਕਰਦੇ ਕਿਉਂਕਿ ਕਿਸਾਨ ਜਿਹੜਾ ਤੁਸੀਂ 5 ਕਿੱਲੇ ਵਾਲਾ ਕਿਸਾਨ ਹੈ ਨਾ ਤਾਂ ਉਹ ਮਸ਼ੀਨ ਅਫੋਰਡ ਕਰ ਸਕਦਾ ਹੈ ਇਹ ਕਹਿੰਦੇ ਮਸ਼ੀਨ ਤੇ ਅਸੀਂ ਸਬਸਿਡੀ ਦੇਤੀ 40% ਦੇਤੀ 50% ਦੇਤੀ ਉਦੋਂ ਬਾਅਦ ਵੀ ਉਹ ਮਸ਼ੀਨ ਕਿੰਨੀ ਹੈ ਦੇਖੋ ਫਿਰ ਆਉਂਦੇ ਕੀ ਹੈ ਕਦੇ ਕਿਹੜਾ ਸੀਡਰ ਆ ਜਾਂਦਾ ਕਦੇ ਕਿਹੜਾ ਸੀਡਰ ਆ ਜਾਂਦਾ ਹਰ ਵਾਰ ਕਿਸਾਨ ਨਵੀਂ ਮਸ਼ੀਨ ਕਿਵੇਂ ਲੈ ਲੂਗਾ ਤੀਸਰੀ ਗੱਲ ਉਹਨੂੰ ਜਿਹੜਾ ਚਲਾਉਣ ਲਈ ਮਸ਼ੀਨ ਨੂੰ ਘੱਟੋ ਘੱਟ ਉਹਦਾ 8-10 ਲੱਖ ਦਾ ਟਰੈਕਟਰ ਆਉਂਦਾ ਜਿਹੜਾ ਉਹਨੂੰ ਚਲਾਉਣ ਲਈ ਉਹ ਕਿਵੇਂ ਛੋਟਾ ਫਾਰਮਰ ਅਫੋਰਡ ਕਰ ਲੂਗਾ ਸੋ ਸਾਡੀ ਤਾਂ ਸਰਕਾਰ ਨੂੰ ਹਰ ਵਾਰੀ ਗੁਜਾਰਿਸ਼ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਅਸੀਂ ਕਰਦੇ ਆ ਰਹੇ ਹਾਂ ਵੀ ਤੁਸੀਂ ਜਦੋਂ ਸਪਟੰਬਰ ਅਕਤੂਬਰ ਆਉਂਦਾ ਉਦੋਂ ਨਾ ਉਠੋ ਤੁਸੀਂ ਜਦੋਂ ਝੋਨੇ ਦਾ ਸੀਜ਼ਨ ਲੰਘਦਾ ਹੀ ਹੈ ਉਦੋਂ ਜਾਗੋ ਤੇ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਸਨ ਉਹਨਾਂ ਨੂੰ ਇੰਨਾ ਸਟਰੋਂਗ ਕਰ ਦਿਓ ਉਹਨਾਂ ਨੂੰ ਮਸ਼ੀਨਾਂ ਦੇ ਦਿਓ ਉਹਨਾਂ ਨੂੰ ਟਰੈਕਟਰ ਦੇ ਦਿਓ ਤਾਂ ਕਿ ਕਿਸਾਨ ਉਹਨਾਂ ਨੂੰ ਇੱਕ ਨੋਮੀਨਲ ਜਿਹਾ ਕਿਰਾਇਆ ਦੇ ਕੇ ਆ ਉਹਨਾਂ ਨੂੰ ਉਲਝਾ ਸਕੇ ਤੇ ਜਿਹੜੇ ਰੈਂਤ ਖੁੰਦ ਹੈ ਉਹਨੂੰ ਜ਼ਮੀਨ ਦੇ ਵਿੱਚ ਹੀ ਵਾ ਸਕੇ ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਕਣਕ ਦੀ 나ੜ ਤਾਂ ਚਲੋ ਅਸੀਂ ਮੰਨਿਆ ਕਿ ਗਲਤ ਹੀ ਨਹੀਂ ਛੇਤੀ ਛੇਤੀ ਉਹਦਾ ਕੁਝ ਹੱਲ ਨਹੀਂ ਹੁੰਦਾ ਹੈਗਾ ਇਸ ਕਰਕੇ ਕਿਸਾਨ ਉਸ ਨੂੰ ਅੱਗ ਲਾਉਂਦਾ ਹੈ ਲੇਕਿਨ ਝੋਨੇ ਦੀ ਤਾਂ ਫੇਰ ਜਿਹੜੀ ਐਨੀ 나ੜ ਸਖਤ ਨਹੀਂ ਹੁੰਦੀ ਹੈਗੀ ਉਸ ਨੂੰ ਤਾਂ ਆਮ ਨਾਲ ਵਾਇਆ ਵੀ ਜਾ ਸਕਦਾ ਹੈ ਦੇਖੋ ਭਾ ਜਿਹੜੇ ਜਦੋਂ ਤੁਸੀਂ ਜਿਹੜਾ ਹਾਰਵੈਸਟ ਦਾ ਤੇ ਸੋਇੰਗ ਦਾ ਸੀਜ਼ਨ ਹੈ ਨਾ ਇਹ ਨੰਬਰ ਆਫ ਡੇਸ ਬਹੁਤ ਘੱਟ ਹੁੰਦੇ ਆ ਉਨੇ ਦੇ ਹਾਰਵੈਸਟ ਤੋਂ ਤੇ ਕਣਕ ਦੀ ਜਿਹੜੀ ਸੋਇੰਗ ਦਾ ਇਹ ਤਕਰੀਬਨ 15 ਤੋਂ 20 ਦਿਨ ਦਾ ਗੈਪ ਹੁੰਦਾ ਹੈ ਉਹਦੇ ਵਿੱਚ ਕਿਸਾਨ ਨੇ ਆਪਦੀ ਫਸਲ ਵੀ ਬੀਜਣੀ ਉਹਦੇ ਵਿੱਚ ਜਿਵੇਂ ਡੀਏਪੀ ਦੀ ਕਿਲਤ ਚੱਲੀ ਜਾਂਦੀ ਹੈ ਉਹਦੇ ਲਈ ਵੀ ਬਾਜ਼ਾਰਾਂ ਦੇ ਵਿੱਚ ਭਜਣਾ ਤੇ ਉਸ ਤੋਂ ਬਾਅਦ ਕਣਕ ਦੀ ਵਜਾਈ ਵੀ ਕਰ ਸ਼ੁਰੂਆਤ ਹੀ ਹਾਲ ਤਾਂ ਸਤੰਬਰ ਹੈ ਮਿਡ ਆਫ ਸਤੰਬਰ ਇਹਦੇ ਵਿੱਚ ਹੀ ਮਿਡ ਆਫ ਸਤੰਬਰ ਆ ਹੁਣ گاਾਂ ਆਲੂਆਂ ਦੀ ਬਜਾਨ ਸ਼ੁਰੂ ਹੋਗੀ ਸਬਜ਼ੀਆਂ ਦੀ ਬਜਾਨ ਸ਼ੁਰੂ ਹੋਗੀ ਕਿਸਾਨ ਨੇ ਜੇ 2-4 ਮਸਲੇ ਕਿਤੇ ਆਏ ਹੈ ਉਹ ਕਿਸੇ ਮਜਬੂਰੀ ਦੇ ਤਹਿਤ ਆਏ ਹੋਣੇ ਆਦਰਵਾਇਸ ਪਿਛਲੇ ਦਿਨਾਂ ਦੇ ਵਿੱਚ ਵੇਖੋਗੇ ਤੁਸੀਂ ਜਿਹੜਾ ਬਾਰਿਸ਼ ਹੋ ਰਹੀ ਹੈ ਕਾਫੀ ਬਾਰਿਸ਼ ਕਰਕੇ ਟਰੈਕਟਰ ਵੀ ਨਹੀਂ ਖੇਤਾਂ ਦੇ ਵਿੱਚ ਵਾਇਰਦਾ ਤੇ ਗਾਂ ਜਿਹੜੀ ਆਲੂਆਂ ਦੀ ਵਜਾਨਾ ਜੋ ਇਹੋ ਜੀ ਕਰਨੀ ਹੈ ਕਿਉਂਕਿ ਇਹ ਮਸਲੇ ਆਏ ਆ ਜਿਆਦਾ ਅੰਮ੍ਰਿਤਸਰ ਸਾਈਡ ਉਧਰਲੀ ਸਾਈਡ ਆਏ ਆ ਉਧਰ ਇਹੋ ਜੀ ਵਜਾਨ ਸਬਜ਼ੀਆਂ ਦੀ ਹੁੰਦੀ ਹੈ ਜਾਂ ਆਲੂਆਂ ਦੀ ਉਹਦੇ ਕਰਕੇ ਹੋ ਸਕਦਾ ਪਰ ਸੁਪਰ ਸੀਡਰ ਜਿਸ ਤਰ੍ਹਾਂ ਨਾਲ ਤੁਸੀਂ ਕਹਿ ਰਹੇ ਸੀ ਕਿ ਦਿੱਤੇ ਜਾ ਰਹੇ ਨੇ ਲੇਕਿਨ ਇਸ ਵਾਰ ਵੀ ਇੱਕ ਸੁਪਰ ਸੀਡਰ ਨਵਾਂ ਲਿਆਂਦਾ ਗਿਆ ਸੀਗਾ ਸਬਸਿਡੀ ਦੇ ਉੱਤੇ ਖੇਤੀਬਾੜੀ ਮੰਤਰੀ ਨੇ ਖੁਦ ਕਿਹਾ ਸੀਗਾ ਕਿ ਹੁਣ ਨਾੜ ਦਾ ਜਿਹੜਾ ਕੰਮ ਹੈ ਬਿਲਕੁਲ ਖਤਮ ਹੈ ਪਰਾਲੀ ਤੋਂ ਬਾਅਦ ਜਲੂਗੀ ਨਹੀਂ ਪੰਜਾਬ ਦੇ ਵਿੱਚ ਦੇਖੋ ਇੱਕ ਨਾ ਕਾਗਜ਼ਾਂ ਤੇ ਵਿੱਚ ਗੱਲਾਂ ਕਰਨੀਆਂ ਇੱਕ ਡਿਫਰੈਂਟ ਹੁੰਦਾ ਜਦੋਂ ਆਪਾਂ ਉਹਨੂੰ ਅਮਲੀ ਰੂਪ ਦੇ ਵਿੱਚ ਲੈ ਕੇ ਜਾਂਦੇ ਹਾਂ ਨਾ ਹੁਣ ਨਾ ਹੀ ਕਿਸਾਨ ਕੋਲੇ ਇਨੀ ਸ਼ਮਤਾ ਹੁੰਦੀ ਮੈਂ ਪਹਿਲਾਂ ਵੀ ਕਹਿ ਕਿਹਾ ਕਿ ਹੱਟਿਆ ਵੀ ਪੁਰਾਣੇ ਨੂੰ ਉਹ ਕਿੱਥੇ ਸੰਭੂਗਾ ਪੁਰਾਣਾ ਤਾਂ ਜੰਕ ਯਾਰਡ ਬਣਦਾ ਜਾਂਦਾ ਹੈ ਪੁਰਾਣੇ ਜਿਹੜੇ ਜਿੰਨੇ ਵੀ ਸੀਗੇ ਜਿੰਨੇ ਮਲਚਿੰਗ ਵਾਲੀਆਂ ਮਸ਼ੀਨਾਂ ਸੀ ਜਾਂ ਦੂਸਰੀਆਂ ਪਰਾਲੀ ਦੀਆਂ ਸਾਂਭ ਸੰਭਾਲ ਵਾਲੀਆਂ ਸੀ ਉਹ ਉਹਨਾਂ ਤੋਂ ਹਰ ਵਾਰੀ ਇੱਕ ਮੋਡੀਫਾਈ ਕਰਕੇ ਨਵੀਂ ਮਸ਼ੀਨ ਕੱਢ ਦਿੰਦੇ ਉਹ ਤੇ ਸਬਸਿਡੀ ਕਰ ਦਿੰਦੇ ਹੈ ਪੁਰਾਣੀ ਮਸ਼ੀਨ ਨੂੰ ਕੀ ਕਰੀਏ ਜਾਂ ਤਾਂ ਪੁਰਾਣੀ ਮਸ਼ੀਨ ਬਾਈ ਬੈਕ ਕਰੇ ਸਰਕਾਰ ਜਿਹੜੇ ਵੀ ਮੁੱਲ ਤੇ ਸਾਨੂੰ ਦਿੱਤੀ ਹੈ ਬੇਸ਼ੱਕ ਸਾਨੂੰ ਸਬਸਿਡੀ ਤੇ ਦਿੱਤੀ ਹੈ ਉਸੇ ਮੁੱਲ ਲੈ ਕੇ ਨਵੀਂ ਮਸ਼ੀਨ ਦਾ ਜਿਹੜਾ 10-20000 ਰੁਪਏ ਨਾਲ ਲੈਣਾ ਹੈ ਕਿਸਾਨ ਦੇਣ ਲਈ ਤਿਆਰ ਹੈ ਜਿੰਨਾ ਚਿਰ ਸਰਕਾਰ ਆਪਦੀਆਂ ਨੀਤੀਆਂ ਦੇ ਵਿੱਚ ਸੁਧਾਰ ਨਹੀਂ ਨਾਲ ਹੁੰਦੀ ਉਹਨਾਂ ਚਿਰ ਕਿਸਾਨ ਨੂੰ ਬਲੇਮ ਕਰਨਾ ਇੱਕ ਸੌਖਾ ਕਹਿੰਦੇ ਹੁੰਦੇ ਆ ਈਜ਼ੀ ਵੇ ਆਊਟ ਹੈ ਕੀ ਲੱਗਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਇਸੇ ਤਰੀਕੇ ਨਾਲ ਪਰਾਲੀ ਜਲਾਣਗੇ ਜਾਂ ਬੰਦ ਕਰ ਦੇਣਗੇ ਦੇਖੋ ਅਸੀਂ ਜਿੰਨੀਆਂ ਸਾਡੀਆਂ ਜਥੇਬੰਦੀਆਂ ਆ ਅਸੀਂ ਇਸ ਚੀਜ਼ ਦੀ ਬੜਾ ਕਿਸਾਨਾਂ ਨੂੰ ਵੀ ਅਸੀਂ ਅਵੇਅਰ ਕਰਦੇ ਆਂ ਵੀ ਪਰਾਲੀ ਨਾ ਜਲਾਓ ਤੇ ਤੁਸੀਂ ਵੇਖਿਆ ਹੋਊਗਾ ਪਿਛਲੇ ਕੁਝ ਸਾਲਾਂ ਦੇ ਵਿੱਚ 2020 ਤੋਂ ਲੈ ਕੇ ਜੇ ਆਪਾਂ ਹੁਣ 24 ਤੱਕ ਪਹੁੰਚੇ ਆਂ ਪਿਛਲੇ 4-5 ਸਾਲਾਂ ਦੇ ਵਿੱਚ ਜਿਹੜਾ ਦਿਨ ਹਰ ਵਾਰ ਹਰ ਸਾਲ ਪਰਾਲੀ ਦੇ ਜਲਾਉਣ ਦੇ ਮਾਮਲੇ ਘਟਦੇ ਜਾ ਰਹੇ ਆ ਪਰ ਇਹਦਾ ਪੱਕਾ ਹੱਲ ਸੰਭੇ ਨਹੀਂ ਨਹੀਂ ਵਧੇ ਨਹੀਂ ਹੈ ਜੇ ਸਿਰਫ ਸਟਾਰਟਿੰਗ ਹੈ ਇਹਦਾ ਪੱਕਾ ਹੱਲ ਸਰਕਾਰਾਂ ਦੇ ਹੱਥ ਵਿੱਚ ਹੈ ਜਿੰਨਾ ਚਿਰ ਆਪਾਂ ਮਾਨਯੋਗ ਸੁਪਰੀਮ ਕੋਰਟ ਦੀ ਜਿਹੜੀ ਰੂਲਿੰਗ ਆ ਉਹਨੂੰ ਲਾਗੂ ਨਹੀਂ ਕਰਦੇ ਦੇਖੋ ਕਿਸਾਨ ਨੂੰ ਪੁਨਿਸ਼ ਕਰਨਾ ਕਰੀ ਜਾਓ ਜਦੋਂ ਮਰਜ਼ੀ ਕਰਦੇ ਹੋ ਪਰਚੇ ਦਰਜ ਕਰਦੇ ਹੋ ਉਹ ਕਰਦੇ ਹੋ ਉਹ ਪਹਿਲਾਂ ਹੀ ਦਾਬੂ ਆ ਹੋਰ ਉਹਦੇ ਦੇ ਪਰਚੇ 2500 ਲੈ ਲਓ 5000 ਲੈ ਲਓ ਹਾਲਾਂਕਿ ਇਹ ਹੋਣਾ ਚਾਹੀਦਾ ਹੈ ਜੇ ਕੋਈ ਕਿਸਾਨ ਨੂੰ ਕਿਤੇ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਵੀ ਪੈਂਦੀ ਹੈ ਤਾਂ ਸਰਕਾਰ ਉੱਥੇ ਆਉਂਦੇ ਕਿਉਂਕਿ بڑے ਇਹਨਾਂ ਕੋਲੇ ਟਰੈਕਟਰ ਜਾਂ ਜਿਹੜੀਆਂ ਮਸ਼ੀਨਾਂ ਹੈਗੀਆਂ ਉੱਥੇ ਭੇਜ ਕੇ ਡੀਸੀ ਸਾਹਿਬ ਜਾਂ ਕੋਈ ਇੱਕ ਬੂਥ ਬਣਾ ਦੇਣ ਉੱਥੇ ਜਾ ਕੇ ਕਿਸਾਨਾਂ ਆਪਦੀ ਲਿਖਾ ਦੇ ਵੀ ਇਸ ਦੇ ਤਰੀਕ ਨੂੰ ਮੈਂ ਵਧਾਈ ਕਰਨੀ ਹੈ ਤੇ ਮੇਰੇ ਕੋਲੇ ਕੋਈ ਸੰਭਾਲ ਲਈ ਮਸ਼ੀਨਾਂ ਨਹੀਂ ਹੈਗੀਆਂ ਤਾਂ ਸਰਕਾਰ ਉਪਲਬਧ ਕਰਾ ਦੇ ਕਿਉਂ ਨਹੀਂ ਕਰ ਸਕਦੀ ਜਦੋਂ ਇੱਡਾ ਵੱਡਾ ਬਜਟ ਆਉਂਦਾ ਆਪਾਂ ਨੂੰ ਉਪਰਾਲੀ ਸਾਮ ਸੰਭਾਲਦਾ ਜੀ ਬਿਲਕੁਲ ਤਾਂ ਰਵਨੀਤ ਸਿੰਘ ਬਰਾੜ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ तमाम ਮੁੱਦੇ ਦੇ ਉੱਤੇ ਜਿਹੜੀ ਆ ਉਹ ਖੁੱਲਕੇ ਚਰਚਾ ਕੀਤੀ ਹੈ ਤੇ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰਾਲੀ ਦੇ ਮੁੱਦੇ ਨੂੰ ਲੈ ਕੇ ਸਰਕਾਰ ਹੱਲ ਕਰਦੀ ਹੈ ਅਤੇ ਕਦੋਂ ਤੱਕ ਪ੍ਰਾਲੀ ਜਲ ਨੂੰ ਪੰਜਾਬ ਦੇ ਵਿੱਚ ਬੰਦ ਹੁੰਦੀ ਹੈ ਇਸ ਦੀ ਤਸਵੀਰ ਦੇਖਣ ਯੋਗ ਰਹੇਗੀ ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਮੈਂ ਸਮਰਪਤ ਸਿੰਘ ਮਹਾਲੀ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ